ਅੱਜ ਦੀ ਗੱਲ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਇਟਲੀ ਦੇ ਵਿੱਚ 9799 ਨਵੇਂ ਕੇਸ 358 ਮਰੀਜ਼ਾਂ ਦੀ ਹੋਈ ਮੌਤ 18010 ਬੰਦਾ ਟੋਟਲ ਹੋਇਆ ਠੀਕ ਤੇ ਜੇ ਗੱਲ ਕਰੀਏ ਪੋਜ਼ਿਟਿਵ ਮਰੀਜ਼ਾਂ ਦੀ ਤਾਂ 524417 ਟੋਟਲ ਇਟਲੀ ਦੇ ਵਿੱਚ ਪੋਜ਼ਿਟਿਵ ਮਰੀਜ਼ ਨੇ 3500 3593 ਜਿਹੜੇ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਵਾਰਡਾਂ ਦੇ ਨੇ 27329 ਹਸਪਤਾਲਾਂ ਦੇ ਵਿੱਚ ਕੋਵਿਡ ਦੇ ਸਿੰਪਟਮ ਦੇ ਨਾਲ ਇਹ ਜੇ ਗੱਲ ਕਰੀਏ ਘਰਾਂ ਦੇ ਵਿੱਚ ਤਾਂ 493495 ਟੋਟਲ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਬੰਦਾ ਜੀ ਤੁਸੀਂ ਸੋਨਣਾ ਜੀ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਖਬਰਾਂ ਆndੀਆਂ ਨੇ ਤੇ ਹਰ ਰੋਜ਼ ਇੰਡੀਆ ਦੀ ਗੱਲ ਕਰੀਏ ਤਾਂ ਵੈਕਸੀਨ ਦੇ ਹਿਸਾਬ ਦੇ ਨਾਲ ਇੰਡੀਆ ਅੱਜ ਵੀ ਆਪਣਾ ਜਿਹੜਾ ਨੰਬਰ ਵਾ ਤੀਸਰੇ ਨੰਬਰ ਦੁਨੀਆ ਦੇ ਵਿੱਚ ਬਣਾ ਕੇ ਰੱਖਿਆ ਜੀ ਜਿਹਨੇ 104 ਮਿਲੀਅਨ ਤੋਂ ਉੱਤੇ ਜਿਹੜੀਆਂ ਪਹਿਲੇ ਡੋਜ਼ ਤੇ ਦੂਸਰਾ ਜਿਹੜਾ ਡੋਜ਼ ਆ 12 ਮਿਲੀਅਨ ਜਿਹੜਾ ਬੰਦਿਆਂ ਨੂੰ ਲਾ ਦਿੱਤਾ ਇਟਲੀ ਦੀ ਗੱਲ ਕਰੀ ਤੇ ਇਟਲੀ ਅੱਜ ਵੀ ਆਪਣਾ 13ਵੇਂ ਨੰਬਰ ਤੇ ਹੈ ਜਿਨੇ 13 ਮਿਲੀਅਨ ਜੇਸੀ ਗੱਲ ਕਰੀ ਤਾਂ 1 ਕਰੋੜ 31 ਲੱਖ 25452 ਪਹਿਲਾ ਡੋਜ਼ 39 ਲੱਖ 55644 ਦਾ ਦੂਸਰਾ ਡੋਜ਼ ਲਾ ਦਿੱਤਾ ਹੈ ਉਧਰ ਹੀ ਜੇਕਰ ਅਸੀਂ ਗੱਲ ਕਰੀ ਅੱਜ ਸਭ ਤੋਂ ਵੱਧ ਕੇਸ ਕਿਹਨਾਂ ਦੇ ਵਿੱਚ ਆਇਆ ਨਾ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਲੋਮਬਰ ਦੀ ਅੱਜ ਲਾਸਟ ਨੰਬਰ ਤੇ ਆ ਪੰਜ ਟੌਪ ਪੰਜ ਸਟੇਟਾਂ ਦੇ ਵਿੱਚ ਸਭ ਤੋਂ ਵੱਧ ਕੇਸ ਆਇਆ ਕੰਪਨੀਆ ਦੇ ਵਿੱਚ 1386 ਇਮੀਲੀਆ ਰੂਮਾਨੀਆ ਦੇ ਵਿੱਚ 1155 ਸਿਚੀਲੀਆ ਦੇ ਵਿੱਚ 1110 ਲਾਜ਼ੀਓ ਦੇ ਵਿੱਚ 1057 ਅਤੇ ਲੁੰਬਰਦੀਆ ਦੇ ਵਿੱਚ 997 ਜਿਹੜਾ ਨਵਾਂ ਕੇਸ ਦਰਜ ਹੋਇਆ ਉਦੋਂ ਜੇ ਅਸੀਂ ਗੱਲ ਕਰੀਏ ਤਸੋ ਦੀ ਪੋਜ਼ਿਟਿਵਿਟੀਤਾ ਦੀ ਤਾਂ ਅੱਜ ਜਿਹੜਾ ਤਸੋ ਦੀ ਪੋਜ਼ਿਟਿਵਿਟੀਤਾ 5.1% ਸੀ ਟੈਸਟ ਜਿਹੜੇ 190635 ਕੀਤੇ ਗਏ ਨੇ ਕੱਲ ਦੇ ਨਾਲੋਂ ਤਕਰੀਬਨ 62000 ਟੈਸਟ ਘੱਟ ਕੀਤਾ ਗਿਆ ਹਰ 100 ਟੈਸਟ ਦੇ ਪਿੱਛੇ ਪੰਜ ਬੰਦੇ ਜਿਹੜੇ ਪੋਜ਼ਿਟਿਵ ਚੱਲ ਰਹੇ ਸੀ ਅਤੇ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਗੇ ਜਾ ਕੇ ਬੋਨਸ 500 ਰੁਪਏ ਜੋ ਕਿ ਫੰਡ ਤੋਂ ਪ੍ਰਦੂਤੋ ਦਿੱਤਾ ਜਾ ਰਿਹਾ ਜਿਹੜਾ ਬਾਫਸ ਨਹੀਂ ਲਿਆ ਜਾਣਾ ਤੁਹਾਨੂੰ ਸਾਰਿਆਂ ਨੂੰ ਮਿਲ ਸਕਦਾ ਕਿਹਨਾਂ ਨੂੰ ਮਿਲ ਸਕਦਾ ਕਿਹੜੀ ਸਟੇਟ ਦੇ ਵਿੱਚ ਮਿਲ ਸਕਦਾ ਕਿਹੜੀਆਂ ਕਿਹੜੇ ਸ਼ਰਤਾਂ ਸਰਕਾਰ ਰੱਖੀਆਂ ਨੇ ਉਹ ਸਾਰਿਆਂ ਬਾਰੇ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ ਮੈਸੀਨਾ ਦੇ ਵਿੱਚ ਦੋ ਕੁੜੀਆਂ ਸੀ 16 ਤੇ 17 ਸਾਲੀਆਂ ਜਿਨ੍ਹਾਂ ਦੇ ਨਾਲ 89 ਸਾਲ ਦੇ ਇੱਕ ਬੰਦੇ ਨੇ ਛੇੜਛਾੜ ਕੀਤੀ ਹੈ ਛੇੜਛਾੜ ਦਾ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਤੇ ਉਹਨਾਂ ਦੋਹਾਂ ਨੇ ਉਸ ਬੰਦੇ ਦੇ ਸਿਰ ਮਸੀਨਾ ਵੱਲ ਜਿਹੜੀਆਂ ਜਾ ਰਹੀਆਂ ਸਨ ਐਫ ਆਈ ਆਰ ਦਰਜ ਕੀਤੀ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਉਸ 89 ਸਾਲ ਦੇ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉੱਤੇ ਛੇੜਛਾੜ ਦਾ ਮਾਮਲਾ ਲਾਇਆ ਗਿਆ ਉਸ ਤੋਂ ਬਾਅਦ ਵੱਧਦੇ ਆ ਅਗਲਾ ਅਪਡੇਟ ਅਗਲਾ ਅਪਡੇਟ ਆ ਰਿਹਾ ਜੀ ਆਪਣਾ ਅਜੇ ਤੁਹਾਨੂੰ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਜਿਹੜੇ ਸਲਾਮੀ ਦੀ ਝੰਗਿਆਲੇ ਸਰਕਾਰ ਨੇ ਜਿਹੜਾ ਮਿਨਿਸਟਰ ਅਦਲ ਸਿਹਤ ਇਟਲੀ ਦੇ ਵਿੱਚ ਜਿਹੜਾ ਫੂਡ ਡਿਪਾਰਟਮੈਂਟ ਉਹਨਾਂ ਨੇ ਚੈੱਕ ਕੀਤਾ ਇਹਦੇ ਵਿੱਚ ਕਿਸ ਤਰ੍ਹਾਂ ਦੇ ਹਾਨੀਕਾਰਕ ਬੈਕਟੀਰੀਆ ਸਨ ਤੇ ਹੁਣ ਵੀ ਇੱਕ ਨਵਾਂ ਬੈਕਟੀਰੀਆ ਦੱਸਿਆ ਜਾ ਰਿਹਾ ਹੈ ਕਿ ਨਵਾਂ ਵਾਇਰਸ ਵਾਇਰਸ ਅਸੀਂ ਕਹਿ ਸਕਦੇ ਜਾਂ ਨਵੇਂ ਇੱਕ ਕਟਾਣੂ ਆ ਜਿਹੜੇ ਲਿਸਟੇਰੀਆ ਜੇ ਤਾਂ ਦੱਸਿਆ ਨਾਮ ਜਿਹੜਾ ਲਿਸਟੇਰੀਆ ਆ ਇਹ ਕਿਹਦੇ ਵਿੱਚ ਆਇਆ ਜੀ ਇਹ ਆਇਆ ਜੀ ਫਿਮੇਫਰੀ ਦੀ ਸਪੈਕਾ ਇਹਨਾਂ ਦੇ ਵਿੱਚ ਆਇਆ ਐਮ ਡੀ ਮਾਰਕੀਟ ਆ ਜਿਹੜੀ ਇਹਨਾਂ ਦੇ ਵਿੱਚ ਇਹ ਮਿਲਦੇ ਆ ਤੇ ਇਹ ਜਿਹੜੀ ਆ ਜਿਹੜਾ ਮਾਰਕਾ ਲਾਫਤੂਰੀ ਹੈ ਦੇ ਉੱਤੇ ਲਿਖਿਆ ਲਾਫਤੂਰੀ ਹੈ ਐਮ ਡੀ ਐਸ ਪੀ ਆਰ ਇਹਨਾਂ ਨੂੰ ਬਣਾ ਰਿਆ ਹੈ ਫੋਰ ਲੋਤੀ ਇਹਨਾਂ ਦਾ ਮੇਨ ਅਜੈਂਡਾ ਜੇ ਤੁਸੀਂ ਬੈਕ ਸਾਈਡ ਤੇ ਦੇਖੋਗੇ ਤਾਂ ਇਹਦਾ ਜਿਹੜਾ ਕੰਫੈਕਸ਼ਨ ਹੈ ਜਿਹੜਾ ਤਾਂ ਪੈਕਿੰਗ ਆ ਰਹੀ ਹੈ 90 ਗ੍ਰਾਮ ਦੀ ਜੋ ਇਸ ਟਾਈਮ ਗੱਲ ਦੱਸੀ ਜਾ ਰਹੀ ਹੈ ਕਿ 90 ਗ੍ਰਾਮ ਦੀ ਜਿਹੜੀ ਇਹਦੀ ਪੈਕਿੰਗ ਆ ਰਹੀ ਹੈ ਇਹਦੀ ਐਕਸਪਾਇਰ ਡੇਟ ਕਿਹੜੀ ਹੈ ਐਕਸਪਾਇਰ ਡੇਟ ਹੈ 27 27 4 2021 ਜੇਕਰ ਕਿਸੇ ਨੇ ਵੀ ਫਿਆ ਮੀਫੇਰੀ ਦੀ ਸਪੈਕ ਕੋ ਜਿਹੜੀ ਇਹ ਲੈ ਹੋਣ ਇਕ ਇਨਸ਼ਾਅਲਾਤਾ ਦੱਸਿਆ ਜਾ ਰਿਹਾ ਹੈ ਕਿ ਇਨਸ਼ਾਅਲਾਤਾ ਜੇਕਰ ਕਿਸੇ ਨੇ ਖਰੀਦੇ ਆ ਤਾਂ ਇਹਨਾਂ ਨੂੰ ਨਾ ਖਾਵੇ ਕਿਉਂਕਿ ਇਹਦੇ ਨਾਲ ਤੁਹਾਡੇ ਜਿਹੜੀ ਸਿਹਤ ਉੱਤੇ ਬਹੁਤ ਹੀ ਮਾੜਾ ਅਸਰ ਪੈ ਸਕਦਾ। ਵਾਦਦੇ ਹਾਂ ਆਪਣੇ ਅਗਲੇ ਅਪਡੇਟ ਵੱਲ। ਅਗਲਾ ਅਪਡੇਟ ਆ ਰਿਹਾ ਜੀ ਆਪਣਾ ਇੱਕ 21 ਸਾਲ ਦੀ ਇੱਕ 21 ਸਾਲ ਦੀ ਕੁੜੀ ਨੇ ਕੁਝ ਅਖਬਾਰਾਂ ਨੂੰ ਆਪਣਾ ਇੰਟਰਵਿਊ ਦਿੱਤਾ ਤੇ ਇੰਟਰਵਿਊ ਦੇ ਵਿੱਚ ਇਹ ਦੱਸਿਆ ਕਿ ਮੈਂ ਲਗਾਤਾਰ ਮੇਰੀ ਉਮਰ 21 ਸਾਲ ਆ ਤੇ ਮੈਨੂੰ ਸ਼ਾਮ ਨੂੰ ਰਾਤ ਨੂੰ ਦੇਰ ਟਾਲਣ ਤੋਂ ਬਾਅਦ ਘੁੰਮਣ ਫਿਰਨ ਤੇ ਕੱਲੀ ਨੂੰ ਡਰ ਲੱਗਦਾ। ਕਿਉਂ ਲੱਗਦਾ ਕਿਉਂਕਿ ਸੀਟੀਆਂ ਵੱਜਦੀਆਂ ਨੇ ਤਾਂ ਕਈ ਵਾਰ ਤਾਂ ਲਾਸਟ ਜੋ ਦੇ ਨਾਲ ਇਦਾਂ ਦਾ ਕੁਝ ਘਟਨਾ ਵਾਪਰੀ ਹੈ ਕਹਿੰਦੀ ਕਿ ਮੈਨੂੰ ਵਾਪਸ ਕਰ ਮੁਰਨਾ ਪਿਆ ਮੈਂ ਸਕਰਟ ਪਾ ਕੇ ਜਾਂ ਫਿਰ ਮੈਂ ਕੋਈ ਹੋਰ ਖੁੱਲੀ ਕਮੀਜ਼ ਪਾ ਕੇ ਬਾਹਰ ਘੁੰਮਣੇ ਸ਼ਾਦੀ ਕਿਉਂਕਿ ਮੈਨੂੰ ਡਰ ਲੱਗਾ ਕਿ ਕਿਤੇ ਇਹ ਜੋ ਸੀਟੀਆਂ ਨੇ ਇਹ ਜਿਹੜਾ ਇਹਨਾਂ ਦੀ ਕਿਸੇ ਹੋਰ ਗੱਲ ਵਿੱਚ ਨਾ ਬਦਲ ਜਨ ਕੋਈ ਗਲਤ ਹਾਦਸਾ ਨਾ ਹੋ ਜਾ ਸਾਡੀਆਂ ਮੰਮੀਆਂ ਵੀ ਇਹ ਦੱਸ ਇਟਾਲੀਅਨ ਦੀ ਗੱਲ ਕਰ ਰਹੇ ਆ ਜੀ ਉਹ ਕਹਿ ਰਹੀ ਹੈ ਕਿ ਸਾਡੀਆਂ ਮੰਮੀਆਂ ਵੀ ਸਾਨੂੰ ਇਹ ਸਕਾਰੀਆਂ ਵਿੱਚ ਇਹ ਕੱਪੜੇ ਆ ਪੂਰੇ ਢਾਕੇ ਤਰੋ ਤੇ ਸ਼ਾਮ ਨੂੰ ਕੱਲੀਆਂ ਨੇ ਘਰ ਨਹੀਂ ਆਣਾ ਸ਼ਾਮ ਤੋਂ ਪਹਿਲਾਂ ਘਰ ਰਹਿਣਾ ਕਿ ਇਟਲੀ ਆ ਜੋ ਰੰਗ ਬਦਲ ਰਿਹਾ ਤੇ ਇਸ ਜਿਹੜੀ ਕੁੜੀ ਨੇ ਇਹ ਬਿਆਨ ਦਿੱਤੇ ਨੇ ਕਾਫੀ ਵੈਬਸਾਈਟਾਂ ਦੇ ਤੇ ਕਾਫੀ ਅਖਬਾਰਾਂ ਨੂੰ ਦਾ ਨਾਮ ਜੀ ਅੰਤੋਨੇਲਾ ਜਿਹਨੇ ਲੈਟਰ ਲਿਖਨੇ ਜੋ ਕਿ ਕਾਫੀ ਅਖਬਾਰਾਂ ਦੇ ਵਿੱਚ ਅੱਜ ਇਹ ਸਾਹਮਣੇ ਆਏ ਨੇ ਹਾਲ ਕਾਫੀ ਬਦਲ ਰਿਹਾ ਜੀ ਸਾਰੇ ਸਾਵਧਾਨ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਸਾਵਧਾਨ ਕਰੋ ਜੀ ਉਸ ਤੋਂ ਬਾਅਦ ਵਾਦਦੇ ਹਾਂ ਆਪਣਾ ਅਗਲਾ ਅਪਡੇਟ ਅਗਲਾ ਅਪਡੇਟ ਕੁਝ ਮਹੀਨੇ ਪਹਿਲਾਂ ਹੀ ਤੁਹਾਨੂੰ ਦੱਸਿਆ ਹੈ ਕਿ ਜਿਹੜੇ ਆਪਣੇ ਜਿਹੜੀਆਂ ਆਪਣੀਆਂ ਐਂਬੂਲੈਂਸਾਂ ਐਂਬੂਲੈਂਸਾਂ ਦੇ ਵਿੱਚ ਲੋਕਾਂ ਨੇ ਇਹਨਾਂ ਦਾ ਪਿੱਛਾ ਕੀਤਾ ਸੀ ਤੇ ਐਂਬੂਲੈਂਸਾਂ ਖਾਲੀ ਲੈ ਕੇ ਘੁੰਮ ਰਏ ਸੀਗੇ ਲੋਕਾਂ ਦੇ ਵਿੱਚ دہشت ਭਦਾਨ ਫਲਾਣ ਦੇ ਲੋਕਾਂ ਨੂੰ ਡਰਾਉਣ ਦੇ ਲਈ ਤੇ ਹੁਣ ਇੱਕ ਨਵਾਂ ਕਿੱਸਾ ਸਾਹਮਣੇ ਆਇਆ ਜੀ ਉਹ ਕਿੱਸਾ ਕਿਹੜਾ ਜੀ ਉਹ ਕਿੱਸਾ ਇੱਕ ਕੰਪਨੀਆ ਦੇ ਵਿੱਚ ਆ ਰਿਹਾ ਜਿੱਥੇ ਇੱਕ ਐਂਬੂਲੈਂਸ ਹਨ ਜਿਹੜੀ ਕੰਪਨੀ ਉਹਨਾਂ ਦੇ ਵਿੱਚ ਕੰਮ ਕਰ ਰਹੇ ਬੰਦੇ ਸੀ ਜਿਨ੍ਹਾਂ ਨੂੰ ਉਹ ਆਪਣੇ ਆਪ ਨੂੰ ਕਹਿ ਰਹੇ ਸੀ ਕਿ ਅਸੀਂ ਵੋਲੰਟੀਅਰ ਹਾਂ ਵੋਲੰਟਰੀ ਵੋਲੰਟਰੀਅਤਾਂ ਤੋਂ ਕਰ ਰਹੇ ਹਾਂ ਤੇ ਤਕਰੀਬਨ 12 ਤੋਂ 24 ਘੰਟਿਆਂ ਦੀ ਤੁਰਨੋਂ ਲੱਗ ਰਹੀ ਸੀ ਕਹਿੰਦਾ ਲਗਾਤਾਰ ਜਿਹੜਾ 100 ਬੰਦਾ ਕੰਮ ਕਰ ਰਿਹਾ ਹੈ ਤੇ ਇਹਨਾਂ ਦੇ ਵਿੱਚ ਐਂਬੂਲੈਂਸਾਂ ਦੇ ਵਿੱਚ ਕੰਮ ਕਰ ਰਹੇ ਸੀ ਸਰਕਾਰ ਨੂੰ ਉੱਥੇ ਵਿਨਚੈਂਸੋ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਕਿਸਮ ਦਾ ਇਨਟ੍ਰੈਕਟਲੀ ਉਹ ਧਮਕੀਆਂ ਦੇ ਰਹੇ ਸੀ ਕਿ ਸਾਨੂੰ ਪੈਸੇ ਦੋ ਤੇ ਜੇ ਗੱਲ ਇਹ ਵੀ ਚੱਲ ਰਹੀ ਹੈ ਕਿ ਉਹਨਾਂ ਦੇ ਜਿਹੜੇ ਫੇਸਬੁੱਕ ਦੇ ਮੈਸੇਜ ਆ ਉਹਨਾਂ ਦੇ ਜਿਹੜੇ ਵਟਸਐਪ ਦੇ ਮੈਸੇਜ ਆ ਆਲੇ ਦੁਆਲੇ ਜਿਹੜੇ ਉਹ ਉਹ ਇਹਨਾਂ ਨੇ ਪੁਲਿਸ ਨਹੀਂ ਕੁਆਰੀ ਦੇ ਵਿੱਚ ਫੜਿਆ ਤੇ ਉੱਥੇ ਇੱਕ ਜਿਹੜਾ ਸਰਪੰਚ ਹੈ ਤੇ ਜਿਹੜਾ ਇੱਕ ਪ੍ਰੈਜ਼ੀਡੈਂਟ ਹੈ ਉਹ ਵੀ ਵਿੱਚ ਫੜਿਆ ਕਿਉਂਕਿ ਕਿਉਂ ਇਹ ਸਾਰੇ ਧੋਖਾਧੜੀ ਕਰ ਰਹੇ ਸੀ ਕਹਿੰਦੇ ਜੇ ਕੋਈ ਪੁਲਿਸ ਰੋਕੇ ਤਾਂ ਅਸੀਂ ਕਹਿ ਦੇਣਾ ਕਿ ਅਸੀਂ ਵੋਲੰਟੀਅਰ ਕੰਮ ਕਰਦੇ ਹਾਂ ਨਹੀਂ ਤਾਂ ਪੈਸੇ ਵੀ ਲਈ ਜਾ ਰਹੇ ਸੀ ਤੇ ਸਭ ਤੋਂ ਵੱਡੀ ਗੱਲ ਕੀ ਹੈ ਜੀ ਵੱਡੀ ਗੱਲ ਇਹ ਹੈ ਜੇਕਰ ਕੋਈ ਬੰਦਾ ਵੋਲੰਟਰੀਅਤੋਂ ਕਰ ਰਿਹਾ ਜਿਹਨੂੰ ਅਸੀਂ ਵੋਲੰਟੀਅਰ ਕਹਿੰਦੇ ਆ ਤਾਂ ਉਹ ਰਾਧੀ ਤੋਂ ਦੀ ਚੇਤਾ ਜਨਾਹਨ ਸਾਹਿਬ ਵੀ ਅਪਲਾਈ ਕਰ ਸਕਦਾ ਕਿਉਂਕਿ ਉਹ ਆਪਣਾ ਜਿਹੜਾ ਜਾਨ ਨੂੰ ਖਤਰੇ 'ਚ ਪਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਇਦਾਂ ਦੀਆਂ ਗੱਲਾਂ ਹੌਲੀ-ਹੌਲੀ ਨਿਕਲ ਕੇ ਬਾਹਰ ਆ ਰਹੀਆਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਖਬਰਾਂ ਹੋਣ ਜੋ ਬਾਹਰ ਆ ਜਾਣਗੀਆਂ। ਅਗਲਾ ਜੋ ਆਪਣਾ ਅਪਡੇਟ ਆ ਜੀ ਸਨ ਸਿਲਵੇਸਟਰ ਤੋਂ ਆ ਰਿਹਾ ਜੀ ਜਿੱਥੇ ਇੱਕ ਕੇਜੇ ਦੇ ਵਿੱਚ ਜਿੰਨੇ ਵੀ ਮੋਨਾਚੀ ਸਗੇ ਜਿੰਨੇ ਵੀ ਆਪਾਂ ਜਿਨ੍ਹਾਂ ਨੂੰ ਅਸੀਂ ਪਾਦਰੀ ਕਹਿ ਸਕਦੇ ਹਾਂ ਮੇਰੇ ਹਿਸਾਬ ਨਾਲ ਉਹ ਜਿੰਨੇ ਵੀ ਉੱਥੇ ਸੰਗਠਨ ਦੇ ਵਿੱਚ ਸਨ ਜਿਹੜੇ ਉਹਨਾਂ ਨੇ ਆਪਣੇ ਧਾਰਮਿਕ ਪ੍ਰਥਾ ਨੂੰ ਨਿਭਾ ਰਹੇ ਸਨ ਸਾਰੇ ਦੇ ਸਾਰੇ ਪੋਜ਼ਿਟਿਵ ਪਾਏ ਗਏ ਨੇ ਤੇ ਉਹਨਾਂ ਨੂੰ ਹੁਣ ਸਾਰੇ ਨੂੰ ਟੈਸਟ ਕੀਤਾ ਜਾਊਗਾ ਜੀ। ਉਸ ਤੋਂ ਬਾਅਦ ਅਗਲਾ ਜੋ ਆਪਣਾ ਪਲੇਅਰ ਨੂੰ ਤੋਂ ਅਪਡੇਟ ਆ ਰਿਹਾ ਜੀ ਪਲੇਅਰ ਨੂੰ ਦੇ ਵਿੱਚ ਪੰਜ ਮਾਰਕਟਾਂ ਤੇ ਇੱਕ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ ਜੁਰਮਾਨਾ 18998 ਰੁਪਏ ਕੀਤਾ ਗਿਆ ਜੁਰਮਾਨਾ ਕਰਨ ਦਾ ਕਾਰਨ ਕੀ ਸੀ ਸਭ ਤੋਂ ਪਹਿਲਾਂ ਗੁਨਾਹ ਕਿ ਜਿਹੜੇ ਆ ਜੀ ਪੰਜ ਮਾਰਕਟਾਂ ਤੇ ਰੈਸਟੋਰੈਂਟ ਨੂੰ ਬੰਦ ਕਰਨ ਦਾ ਕਾਰਨ ਇਹ ਸੀ ਕਿ 18 ਸ ਸ਼ਾਮ ਨੂੰ 18 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਸ਼ਾਮ ਦੇ 6 ਵਜੇ ਤੋਂ ਬਾਅਦ ਜਿਹੜਾ ਉਹਨਾਂ ਨੇ ਅਲਕੋਹਲ ਵੇਚਿਆ ਸ਼ਾਮ ਨੂੰ 6 ਵਜੇ ਤੋਂ ਬਾਅਦ ਜਿਹੜਾ ਸ਼ਰਾਬ ਅਲਕੋਹਲ ਇਹ ਵੇਚ ਨਹੀਂ ਸਕਦੇ ਤੇ ਜਿਨ੍ਹਾਂ ਨੂੰ ਇਹ ਬੰਦ ਕੀਤਾ ਜਿਨ੍ਹਾਂ ਨੂੰ ਉਹਨਾਂ ਨੇ ਅੰਡਰ ਕੰਟਰੋਲ ਹੈ तकरीबन 5 ਦਿਨਾਂ ਲਈ ਲੋਕਾ ਲਈ ਹੈ ਜਿਹੜੀਆਂ ਇਹ ਇਹਨਾਂ ਨੂੰ ਦੁਕਾਨਾਂ ਨੂੰ ਬੰਦ ਕੀਤਾ ਗਿਆ ਤੇ ਇਕੱਲੇ-ਇਕੱਲੇ ਬੰਦੇ ਨੂੰ तकरीबन ਇਸ ਟਾਈਮ ਦੱਸਿਆ ਜਾ ਰਿਹਾ ਹੈ ਕਿ 8-800 ਰੁਪਏ ਦਾ ਜਿਹੜਾ ਜੁਰਮਾਨਾ ਕੀਤਾ ਗਿਆ ਜੀ ਤੇ ਉਸ ਤੋਂ ਬਾਅਦ ਇਸ ਗੱਲ ਨੂੰ ਵੀ ਮੱਦੇ ਨਜ਼ਰ ਰੱਖਿਆ ਗਿਆ ਇਸ ਗੱਲ ਨੂੰ ਦਾ ਵੀ ਧਿਆਨ ਰੱਖਿਆ ਗਿਆ ਕਿ ਇਸ ਵਿੱਚ ਜਿਹੜੇ ਬੰਦੇ ਬੈਠੇ ਸੀਗੇ ਪਹੁੰਚੇ ਸੀਗੇ ਇਹਨਾਂ ਦੇ ਵਿੱਚ ਕੋਈ ਸੋਸ਼ਲ ਡਿਸਟੈਂਸ ਨਹੀਂ ਸੀ ਸ਼ਾਇਦ ਹੋ ਸਦਾ ਉਹਨਾਂ ਨੇ ਮਾਸਕ ਵੀ ਨਾ ਪਾਇਆ ਹੋਵੇ ਅਗਲਾ ਜੋ ਅਪਡੇਟ ਆਉ ਵੀ ਸਾਡਾ ਪਲੇਰਮੋ ਤੋਂ ਹੀ ਆ ਰਿਹਾ ਪਲੇਰਮੋ ਦੇ ਵਿੱਚ ਸਕੂਲਾ ਦੀ ਇਨਫਾਂਸੀਆ ਜਿਹੜਾ ਉਹ ਅਜ਼ੀਲੋ ਆ ਤੇ ਸਕੂਲਾ ਦੀ ਇਨਫਾਂਸੀਆ ਜਿਹੜਾ ਬੰਦ ਕਰ ਦਿੱਤਾ ਗਿਆ ਜੀ ਪਿੰਡ ਦਾ ਨਾਮ ਮਾਰੀਕੋ ਪਲੇਰਮੋ ਦੇ ਵਿੱਚ ਪੈ ਰਿਹਾ ਜੀ ਪਿੰਡ ਇਹ ਮਾਰੀਕੋ ਜਿਹਦੇ ਵਿੱਚ ਸਕੂਲਾ ਦੀ ਇਨਫਾਂਸੀਆ ਤੇ ਅਜ਼ੀਲੋ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਇੱਕ ਡਿਪੈਂਡੈਂਟ ਡਿਪੈਂਡੈਂਟ ਸਿਕੰਡ ਜਿਹੜਾ ਉੱਥੇ ਕੰਮ ਕਰ ਰਿਹਾ ਤੇ ਇੱਕ ਬੱਚਾ ਪੋਜ਼ਿਟਿਵ ਪਾਏ ਗਏ ਹਨ ਅਲਦੇ ਜੀ ਆਪਣੇ ਅਗਲੇ ਅਪਡੇਟ ਵਾਲ ਜੋ ਵੈਕਸੀਨਾਂ ਦਾ ਵਪਾਰ ਆ ਉਹਦੀ ਗੱਲ ਸਾਹਮਣੇ ਆ ਰਹੀ ਹੈ ਵਪਾਰ ਹੀ ਅਸੀਂ ਕਹਾਂਗੇ ਕਿਉਂਕਿ ਚਲੋ ਲੋਕਾਂ ਦੀ ਸੇਵਾ ਦੇ ਨਾਂ ਨਾਲ ਨਾਲ ਇੱਕ ਵਪਾਰ ਵੀ ਚੱਲ ਰਿਹਾ ਬਿਜ਼ਨਸ ਵੀ ਚੱਲ ਰਿਹਾ ਅਸੀਂ ਸਾਰੇ ਇਸ ਗੱਲ ਨੂੰ ਮੰਨਦੇ ਆ ਫਾਈਜ਼ਰ ਜਿਹੜੀ ਵੈਕਸੀਨ ਆ ਫਾਈਜ਼ਰ ਵੈਕਸੀਨ ਦਾ ਜਿਹੜਾ ਰੇਟ ਆ ਇਸ ਟਾਈਮ ਪਹਿਲਾਂ ਦੱਸਿਆ ਜਾ ਰਿਹਾ ਕਿ ਕੰਟਰੈਕਟਾਂ ਦੇ ਵਿੱਚ 12 ਯਰੋ ਸੀ 12 ਯਰੋ ਤੋਂ ਹੁਣ ਇਹਨੂੰ 15.5 ਯਰੋ ਇੱਕ ਡੋਜ਼ ਨੂੰ ਕਰ ਦਿੱਤਾ ਗਿਆ ਤੇ 2022 2023 ਦੇ ਲਈ ਇਹਦਾ ਜਿਹੜਾ ਰੇਟ ਆ ਕੰਟਰੈਕਟ ਦੇ ਵਿੱਚ 19.5 ਯਰ ਹੋਊਗਾ ਕਹਿਣ ਦਾ ਮਤਲਬ 12 ਰੋ ਤੋਂ ਇੱਕ ਡੋਸੇ ਦੀ ਹੀ 2022 2022 ਅਗਲੇ ਸਾਲ ਦੇ ਲਈ 7.5 ਰੋ ਮਹਿੰਗੀ ਪੈਣੀ ਹੈ ਤੇ ਦਾ ਕਾਰਨ ਕੀ ਹੋਣਾ ਸਰਕਾਰ ਨੇ ਜਿਹੜੇ ਇਹ ਪੈਸੇ ਦੇਣੇ ਜੇ ਆਪਣੇ ਪੱਲੇ ਉਹੀ ਦੇਣੇ ਆ ਬੰਦਿਆਂ ਤੇ ਨਹੀਂ ਲੈਣੇ ਤਾਂ ਉਹ ਸਾਰੇ ਹੀ ਸਾਡੇ ਤੇ ਟੈਕਸ ਲੱਗਣਗੇ ਇਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਮਹਿੰਗਾਈ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਰੈਸਟੋਰੈਂਟ ਕਦੋਂ ਖੁੱਲਣਗੇ ਇੱਕ ਸਵਾਲ ਆ ਜੋ ਰੈਸਟੋਰੈਂਟ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਹੈ ਤੇ ਕਾਰਨ ਰੈਸਟੋਰੈਂਟ ਵਾਲੇ ਜਿੰਮ ਵਾਲੇ ਪਲੈਸਟਰੇ ਵਾਲੇ ਅੱਜ ਰੋਮਾ ਦੇ ਵਿੱਚ ਪਹੁੰਚੇ ਜਿੱਥੇ ਪੁਲਿਸ ਦੇ ਨਾਲ ਕਾਫੀ ਉਹਨਾਂ ਦੀ ਟੱਕਰ ਹੋਈ ਪੁਲਿਸ ਦੇ ਨਾਲ ਕਾਫੀ ਉਹਨਾਂ ਨੇ ਜਿੱਦਾਂ ਕਹਿ ਦਈਏ ਕਿ ਹਿੰਸਾ ਵਾਲੀਆਂ ਚੀਜ਼ਾਂ ਦੀ ਵਰਤੋਂ ਕੀਤੀ ਹੁਣ ਵੀ ਲਾਈਵ ਚੱਲ ਰਿਹਾ ਜੀ ਪੁਲਿਸ ਅਤੇ ਲੋਕਾਂ ਦੇ ਵਿੱਚ ਅਸੀਂ ਇੱਕ ਕਿਸਮ ਨਾ ਕਹਿ ਸਕਾਂਗੇ ਲੜਾਈ ਚੱਲ ਰਹੀ ਹੈ ਜਿਹਦੇ ਨਾਲ ਉਹ ਬੰਬ ਵੀ ਸਿੱਟੇ ਜਾ ਰਹੇ ਨੇ ਉਹਨਾਂ ਨੂੰ ਬੋਮਬਾਕਾਰਤਾ ਕਿਹਾ ਜਾ ਰਿਹਾ ਉਹ ਸਿੱਟੇ ਜਾ ਰਹੇ ਆ ਅਥਰੂ ਗੈਸ ਸਿੱਟੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਜਿਹੜੇ ਉੱਥੇ ਬੰਦੇ ਪਹੁੰਚਣ तकरीबन 800 ਬੰਦਾ ਜਿਹੜਾ ਮਨਤੀਜੀ ਤੌਰੀ ਉਹ ਜਿਹੜਾ ਉਹਨੂੰ ਬੰਦ ਕਰ ਦਿੱਤਾ ਗਿਆ ਜੀ 800 ਬੰਦਾ ਉੱਥੇ ਪਹੁੰਚਿਆ ਤੇ ਉਹ ਕਹਿ ਰਹੇ ਜੀ ਕਿ ਸਾਨੂੰ ਜੀਣ ਦਾ ਹੱਕ ਆ ਇੱਕ ਸਾਲ ਹੋ ਗਿਆ ਸਾਨੂੰ ਬੰਦ ਕੀਤੇ ਆ ਉਹਨੂੰ ਕਦੇ ਖੋਲ ਦੰਨੇ ਆ ਕਦੇ ਬੰਦ ਕਰ ਦੰਨੇ ਆ ਤੇ ਬਾਕੀ ਜਿਹੜੇ ਆ ਉਹਨਾਂ ਨੂੰ ਤੁਸੀਂ ਖੋਲ ਰਹੇ ਆ ਤੇ ਇਸ ਤੋਂ ਬਾਅਦ ਸ਼ਾਇਦ ਸਰਕਾਰ ਬਹੁਤ ਜਲਦੀ ਇੱਕ ਨਵਾਂ ਫੈਸਲਾ ਲਵੇਗੀ ਕਿਉਂਕਿ ਉੱਧਰ ਤੇਲ ਦੇ ਵਿੱਚ ਬਲਦੀ ਦੇ ਵਿੱਚ ਅੱਗ ਸਲਵਿਨੀ ਜਿਨੇ ਵੀ ਪਾਤਾ ਉਹ ਕਹਿ ਰਹੇ ਨੇ ਕਿ 2 ਜੂਨ ਨੂੰ ਦਾ ਸਾਰੇ ਇਟਲੀ ਇਸ ਟਾਈਮ ਗੱਲਬਾਤ ਕੀਤੀ ਜਾ ਰਹੀ ਹੈ ਕਿ ਖੋਲ ਹੀ ਜਾਊਗੀ 2 ਜੂਨ ਦਾ ਦੱਸਿਆ ਜਾ ਰਿਹਾ ਹੈ ਕਿ ਖੋਲ ਖੋਲ ਦੇਣਾ ਸਾਰੇ ਇਟਲੀ ਨੂੰ ਪਰ ਕੱਲ ਤੋਂ ਹੀ ਕਿਉਂ ਨਹੀਂ ਅਸੀਂ ਜਿੱਥੇ ਸਿਚੁਏਸ਼ਨ ਠੀਕ ਹੈ ਉਹਨਾਂ ਨੂੰ ਖੋਲ ਦਿੰਦੇ ਤੇ ਇਦਾਂ ਦੀਆਂ ਗੱਲਾਂ ਜਿੱਦਾਂ ਅਸੀਂ ਕਹਿ ਦਿੰਦੇ ਹਾਂ ਕਿ ਬਲਦੀ ਚ ਅੱਗ ਪਾਣ ਦਾ ਉਹਨੇ ਕੰਮ ਕੀਤਾ ਤੇ ਲੋਕੀ ਕਾਫੀ ਹੀ ਪੜ ਕੇ ਸਨ ਆ ਆ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਸ ਤੋਂ ਹੁੰਦਰੀ ਜੀ ਕੰਪਨੀਆਂ ਨੇ ਵੀ ਇੱਕ ਨਵਾਂ ਕੰਮ ਕਰ ਦਿੱਤਾ ਕੰਪਨੀਆਂ ਦਾ ਨਵਾਂ ਕਮੇ ਆ ਜੀ ਕੰਪਨੀਆਂ ਵਾਲੇ ਕਹਿ ਰਹੇ ਨੇ ਕਿ ਜਿਹੜੇ ਵੀ ਬੰਦਿਆਂ ਦੇ ਵੈਕਸੀਨ ਲੱਗਿਆ ਕਹਿਣ ਦਾ ਮਤਲਬ ਤਾਂ ਕਿਹਦੇ ਨਾਲ ਵੈਕਸੀਨ ਲਵਾਉਣ ਦੀ ਇੱਕ ਸਕੀਮ ਘੜੀ ਆ ਜੀ ਆਪਣੇ ਪਿੰਚੈਂਸਰ ਦੇ ਲੋਕਾਂ ਨੇ ਕਹਿ ਰਹੇ ਨੇ ਕਿ ਜਿਨ੍ਹਾਂ ਵੀ ਬੰਦਿਆਂ ਦੇ ਵੈਕਸੀਨ ਲੱਗਿਆ ਉਹ ਰੈਸਟੋਰੈਂਟਾਂ ਦੇ ਵਿੱਚ ਜਾ ਸਕਦੇ ਨੇ ਬੈਠ ਸਕਦੇ ਨੇ ਕੋਈ ਚੱਕਰ ਨਹੀਂ ਅਗਲੇ ਹਫਤੇ ਤੋਂ ਉਹਨਾਂ ਨੇ ਜਿਹੜੇ ਰੈਸਟੋਰੈਂਟ ਖੋਲਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਅੰਦਰ ਰੈਸਟੋਰੈਂਟਾਂ ਦੇ ਬੈਠ ਕੇ ਵੀ ਖਾਣਾ ਖਾ ਸਕਦੇ ਆ ਸ਼ਾਮ ਨੂੰ ਦੁਪਹਿਰ ਨੂੰ ਆਪਣਾ ਜਿਹੜਾ ਲੰਚ ਕਰ ਸਕਦੇ ਡਿਨਰ ਕਰ ਸਕਦੇ ਆ ਪਰ ਗੱਲ ਕੀ ਆ ਰਾਤ ਦੇ 11:30 ਵਜੇ ਜਾਂ 12 ਵਜੇ ਹਰ ਇੱਕ ਬੰਦੇ ਨੂੰ ਰੈਸਟੋਰੈਂਟ ਆਪਣਾ ਬੰਦ ਕਰਨਾ ਪੈਣਾ ਤੇ ਆਪਣੇ ਆਪਣੇ ਘਰਾਂ ਵੱਲ ਜਾਣਾ ਪੈਣਾ ਜੇਕਰ ਕੋਈ ਵੀ ਬੰਦਾ ਰਸਤੇ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਬੈਠਾ ਦੇ ਗਿਆ ਤਾਂ ਉਸ ਏਰੀਆ ਨੂੰ ਲੌਕ ਕੀਤਾ ਜਾਊਗਾ ਉਹਨਾਂ ਨੂੰ ਫਿਰ ਜੁਰਮਾਨੇ ਵੀ ਕੀਤੇ ਜਾਣਗੇ ਤੇ ਬਿੰਚਨਸੋ ਦੇ ਲੂਕਾ ਜਿਹੜੇ ਕੰਪਨੀਆਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਹ ਗੱਲ ਵੀ ਸਾਹਮਣੇ ਰੱਖੀ ਹੈ ਕਿ ਅਸੀਂ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜੀ ਕੈਟੇਗੋਰੀਏ ਫਰਾਜ ਜਿਹਨਾਂ ਨੂੰ ਸੀ ਇਹ ਕਹਿੰਨੇ ਆ ਕਿ ਜਿਹੜੇ ਬਹੁਤ ਹੀ ਜਿਆਦਾ ਕਮਜ਼ੋਰ ਕੜੀਆਂ ਨੇ ਜਿਹੜੇ 80 ਸਾਲ ਤੋਂ ਜਿਨ੍ਹਾਂ ਦੀ ਉਮਰ ਜ਼ਿਆਦਾ ਕਹਿ ਰਹੇ ਨੇ ਕਿ ਉਹਨਾਂ ਨੂੰ ਅਸੀਂ ਵੈਕਸੀਨ ਲਾਣੀ ਨਹੀਂ ਛੱਡਣੀ ਉਹਨਾਂ ਨੂੰ ਜਿਹੜੀ ਵੈਕਸੀਨ ਲਗਾਤਾਰ ਲੱਗਦੀ ਜਾਣੀ ਆ ਜਰਮਨ ਤੋਂ ਅਗਲਾ ਬਿ ਡੇਟਾ ਰਜੀ ਜਰਮਨ ਕੈਰੀ ਆ ਕਿ ਸਾਡੇ ਵਿੱਚ ਜਿਹੜੀ ਆ ਲਾਸਟ ਲਹਿਰ ਉਹ ਹੁਣ ਜਿਹੜੀ ਉਹਨਾਂ ਦੇ ਲੈਹ ਚੱਲ ਰਹੀ ਹੈ ਉਹਨਾਂ ਨੂੰ ਲਾਸਟ ਲਹਿਰ ਕਹਿ ਰਹੇ ਕਿ ਕਹਿੰਦੇ ਕਿ ਲਾਸਟ ਲਹਿਰ ਜਿਹੜੀ ਬਹੁਤ ਹੀ ਜ਼ਿਆਦਾ ਖਤਰਨਾਕ ਸੀ ਬਹੁਤ ਹੀ ਜ਼ਿਆਦਾ ਸਖਤ ਸੀ ਪਰ ਫਿਰ ਵੀ ਅਸੀਂ ਬਹੁਤ ਹੀ ਹੌਸਲੇ ਦੇ ਨਾਲ ਅਸੀਂ ਅੱਗੇ ਵਧੇ ਆ ਤੇ ਜਿਹੜੇ ਟੈਸਟ ਲਗਾਤਾਰ ਕੀਤੇ ਜਾ ਰਹੇ ਆ ਤੇ ਟੈਸਟਾਂ ਦੇ ਨਾਲ ਵੀ ਸਾਨੂੰ ਬਹੁਤ ਫਾਇਦਾ ਹੋ ਰਿਹਾ। ਕਹਿ ਰਹੇ ਨੇ ਕੋਈ ਵੀ ਗੱਲ ਆ ਰਹੀ ਹੈ ਕਿ ਸ਼ਾਇਦ 3 ਹਫ਼ਤਿਆਂ ਦਾ ਲਾਕਡਾਊਨ ਜਰਮਨ ਦੇ ਵਿੱਚ ਹੋਰ ਵਧਾ ਦਿੱਤਾ। ਜਾਣਾ ਫਿਲਹਾਲ ਸਿਰਫ ਗੱਲ ਚੱਲ ਰਹੀ ਹੈ ਜੀ ਇਸ ਉੱਤੇ ਉਹਨਾਂ ਨੇ ਕੋਈ ਵੀ ਲਿਖਤੀ ਰੂਪ ਦੇ ਵਿੱਚ ਬਿਆਨ ਨਹੀਂ ਦਿੱਤਾ ਸਿਰਫ ਇੰਟਰਵਿਊਆਂ ਦੇ ਵਿੱਚ ਸ਼ਾਇਦ ਇਹ ਜਿਹੜੀ ਗੱਲ ਚੱਲ ਰਹੀ ਸੀ। ਦੱਸਦੇ ਆ ਜੀ ਆਪਣੀਆਂ ਤਕਰੀਬਨ ਲਾਸਟਲੀਆਂ ਖਬਰਾਂ ਆ ਲਾਸਟਲੀ ਖਬਰ ਕਿਹੜੀ ਹੈ ਜੀ ਲਾਸਟਲੀ ਖਬਰ ਇਹ ਹੈ ਜੀ ਕਿ ਉਸ ਤੋਂ ਬਾਅਦ ਅਸੀਂ 500 ਦਾ ਜਿਹੜਾ 500 ਯੂਰੋ ਜਿਹੜਾ ਮਿਲਣ ਆਉਂਦੀ ਸਾਨੂੰ ਗੱਲਬਾਤ ਕਰਾਂਗੇ ਜੋ ਪ੍ਰੋਤੇਸਿਓ ਨੇ ਫਾਮੀਲੀਆ ਤੁਕੋਂਤਰੀ ਵਿਤੋ 500 ਯੂਰੋ ਇਹ ਕਿਹੜਾ ਜੀ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਗੱਲ ਇਦਾਂ ਜੀ ਕਿ ਇੱਕ ਮੁੰਡੇ ਦੀ ਇਹ ਕਹਾਣੀ ਤੁਹਾਨੂੰ ਸੁਣਾਣੇ ਇਟਲੀ ਦੇ ਵਿੱਚ ਇੱਕ ਵਾਪਰੀਆ ਘਟਨਾ ਥਿਲਾਹ ਸਾਰੀਆਂ ਜਿਹੜੀਆਂ ਜਗਾਵਾਂ ਆ ਉਹਨਾਂ ਨੂੰ ਗੋਪਤ ਰੱਖਿਆ ਹੈ ਆਈਡੈਂਟੀਟੀ ਗੋਪਤ ਰੱਖੀ ਗਈ ਹੈ ਕਿਉਂਕਿ ਫੇਰ ਉਹ ਬੰਦਾ ਮਸ਼ਹੂਰ ਹੋ ਸਕਦਾ ਜਾਂ ਬੰਦੇ ਦੀ ਹਰ ਰਿਪੋਰਟ ਜਿਨਕਾ ਆਉ ਉਹ ਸਦੀ ਗੱਲ ਇਸ ਤਰ੍ਹਾਂ ਵੀ ਕਿ ਇੱਕ ਮੁੰਡਾ ਸੀ ਇਟਲੀ ਦੇ ਵਿੱਚ ਇਟਾਲੀਨ ਮੁੰਡਾ ਸੀ ਜਿਹਨੇ ਇਹ ਕੁੜੀ ਨੂੰ ਪ੍ਰਪੋਜ਼ ਕੀਤਾ ਕੁੜੀ ਨੇ ਕਿਹਾ ਨਹੀਂ ਮੈਂ ਮੇਰੀ ਤੇਰਾ ਗੱਲਬਾਤ ਨਹੀਂ ਚੱਲਦੀ ਬਸ ਫਿਰ ਕੀ ਸੀ ਉਹਨੇ ਸੋਚਿਆ ਕਿ 386 ਟਗਾਣੇ ਮਾਰਦੇ ਆ ਬਸ ਤੀਰ ਥਾਂ ਟਗਾਣੇ ਮਾਰਨ ਦੇ ਚੱਕਰ ਚ ਉਹ ਜਿਹੜਾ ਤੀਰਬਾਜ਼ੀ ਵੀ ਕਰ ਰਿਹਾ ਸੀ ਉਹਦੇ ਘਰ ਦਾ ਇੱਕ ਤੀਰ ਕਮਾਨ ਪਿਆ ਸੀ ਉਹਨੇ ਕੀ ਕੀਤਾ ਤੀਰ ਕਮਾਨ ਚੱਕਿਆ ਤੀਰ ਦੇ ਨਾਲ ਇੱਕ ਲਵ ਲੈਟਰ ਲਿਖਿਆ ਲਵ ਲੈਟਰ ਜੋ ਤੀਰ ਛੱਡ ਕੇ ਮਾਰਿਆ ਉਹਦੀ ਜਿਹੜੀ ਤਾਕੀ ਸੀ ਤਾਕੀ ਦੇ ਗੁੱਠ ਦੇ ਵਿੱਚ ਜਿਹੜੀ ਲੱਕੜ ਲੱਗੀ ਹੁੰਦੀ ਉਹਦੇ ਵਿੱਚ ਜਾ ਕੇ ਵੱਜਾ ਕੁੜੀ ਨੇ ਜਦੋਂ ਤਾਕੀ ਖੋਲੀ ਤੀਰ ਦੇਖਿਆ ਤੀਰ ਦੇ ਨਾਲ ਲੈਟਰ ਦੇਖਿਆ ਉਹਨੂੰ ਲੱਗਾ ਉਹਨੂੰ ਲੱਗਦਾ ਸੀ ਸ਼ਾਇਦ ਗੱਲ ਬਣ ਜੂਗੀ ਪਰ ਉਹੀ ਗੱਲ ਹੋਈ ਜੀ ਕੁੜੀ ਨੇ ਪੁਲਿਸ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਬੰਦੇ ਦਾ ਤੀਰ ਤਾਂ ਥਾਂ ਟਿਕਾਣੇ ਹੀ ਵੱਜਾ ਪੁਲਿਸ ਨੇ ਆ ਕੇ ਫੜ ਲਿਆ ਉਹਦੇ ਉੱਤੇ ਰੁਨਤਾਰਾ ਦਰਜ ਕੀਤੀ ਗਈ ਆ ਛੇੜਛਾੜ ਦੀ ਅਤੇ ਕੁੜੀ ਸਿਰ ਖਤਰਨਾਕ ਚੀਜ਼ਾਂ ਸੇ ਢਟਣ ਦੀ ਇਸ ਕਰ ਤਰ੍ਹਾਂ ਸਾਵਧਾਨ ਰਹੋ ਜੀ ਇਦਾਂ ਦੇ ਕੇਸ ਵੀ ਹੋ ਜਾਂਦੇ ਨੇ ਚਲਦੇ ਆ ਜੀ ਆਪਣੀ ਲਾਸਟਲੀ ਖਬਰ ਵਾਲ ਜੋ ਕਿ ਬੋਨਸ ਚਿੰਕੋ ਚੈਂਡੋ ਐ ਯੂਰੋ ਬੋਨਸ ਫੈਮਿਲੀ ਦੇ ਲਈ ਮਿਲਿਆ ਜੀ ਮਿਲਣਾ ਜੀ ਇਹਨੂੰ ਅਪਲਾਈ ਤੁਸੀਂ ਕਰ ਸਕਦੇ ਆ 12 April 13 April 14 April 15 April 16 ਯਾਨੀ ਅੱਜ 12 ਤੋਂ ਲੈ ਕੇ 16 April ਤੱਕ ਇਹਨੂੰ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਆ ਕਿਹਨਾਂ ਦੇ ਲਈ ਹੈ ਜਿਨ੍ਹਾਂ ਦੀ Easy 30000 ਐ ਯੂਰੋ ਤੋਂ ਘੱਟ ਉਹਨਾਂ ਜਿਨ੍ਹਾਂ ਦੇ ਲਈ ਹੈ ਜਿਨ੍ਹਾਂ ਦੀ ਇਜ਼ੇ 30000 ਰੋ ਤੋਂ ਘਟਵਾ ਤੇ ਜਿਨ੍ਹਾਂ ਦੇ ਬੱਚਿਆਂ ਦੀ ਉਮਰ ਆ ਜਿਹੜੀ 18 ਸਾਲ ਤੋਂ ਘਟਵਾ ਜੇਕਰ ਤੁਹਾਡੇ ਬੱਚੀ ਦੀ ਉਮਰ 17 ਸਾਲ 364 ਦੇ ਨਾ 18 ਸਾਲ ਤੋਂ ਇੱਕ ਦਿਨ ਵੀ ਘਟਵਾ ਤਾਂ ਫਿਰ ਵੀ ਤੁਸੀਂ ਇਹ ਜਿਹੜਾ ਦਮੰਦਾ ਕਰ ਸਕਦੇ ਆ ਜੀ 31 ਜਨਵਰੀ ਤੋਂ ਲੈ ਕੇ ਮੇਨ ਗੱਲ ਇਹ ਕਹੀ ਵੀ ਹੈ ਕਿ 31 ਜਨਵਰੀ ਤੋਂ ਲੈ ਕੇ ਕੋਵਿਡ ਦੇ ਕਾਰਨ 31 ਜਨਵਰੀ 2020 ਤੋਂ ਬਾਅਦ ਕੋਵਿਡ ਦੇ ਕਾਰਨ ਤੁਹਾਡੇ ਘਰ ਦੇ ਵਿੱਚ ਕੰਮ ਦੀ ਪ੍ਰੋਬਲਮ ਪਈ ਹੋਣੀ ਚਾਹੀਦੀ ਹੈ ਜਿਸ ਦੇ ਕਾਰਨ ਤੁਹਾਡੇ ਘਰ ਦੇ ਵਿੱਚ ਕੰਮ ਘਟ ਗਿਆ ਇਜ਼ੇ ਘਟ ਗਈ ਖੁੱਦ ਕੱਟ ਗਈ ਤੇ ਇਹ ਜਿਹੜਾ ਦਮਾਂਦਾ ਕਰਨ ਦੇ ਲਈ ਤੁਸੀਂ ਲੁੰਬਰ ਦੀ ਆਵਾਸੀ ਵੀ ਹੋਣੇ ਚਾਹੀਦੇ ਤੁਸੀਂ ਲੁੰਬਰ ਦੀਏ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਆ ਤੇ ਜੇਕਰ ਤੁਸੀਂ ਇਹ ਦਮਾਂਦਾ ਕਰਨਾ ਦਾ ਤੁਸੀਂ ਆਨਲਾਈਨ ਕਰਵਾਉਣਾ ਚਾਹੁੰਦੇ ਹੋ ਤਾਂ 393280288 ਅਸੀਂ ਮਨਦੀਪ ਭਾਜੀ ਨਾਲ ਜਾੜ ਫਿਰ ਆਫਿਸ ਦਾ ਨੰਬਰ ਨੋਟ ਕਰ ਲਓ 0376 76 555 0376 76555 ਇਸ ਨੰਬਰ ਤੇ ਤੁਸੀਂ ਜਾ ਕਿ ਇਹਨਾਂ ਨਟਕਾਲ ਕਰਕੇ ਤੁਸੀਂ ਆਪਣਾ ਜਿਹੜਾ ਇਹ ਦੁਮੰਦਾ ਕਰਵਾ ਸਕਦੇ ਹੋ ਜੀ ਇਹਨਾਂ ਨੇ ਹੀ ਸਾਨੂੰ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਤੇ ਇਹਦੇ ਨਾਲ ਅੱਜ ਦੀਆਂ ਖਬਰਾਂ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ ਵਧੀਆ ਲੱਗਦੀਆਂ ਲਾਈਕ ਸ਼ੇਅਰ ਜਰੂਰ ਕਰ ਲਿਆ ਕਰੋ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਾਂਗੇ ਜੀ ਨੈਕਸਟ ਅਪਡੇਟ ਦੇ ਵਿੱਚ ਹੁਣਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਤੁਸੀਂ ਸੁਣ ਰਹੇ ਇਟਾਲੀਅਨ ਖਬਰਾਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ